ਰਸ਼ ਜਨਾਬ ਉੱਠਿਆ ਤੇ ਸਾਰਾ ਉਧਰ ਚਲੇ ਗਿਆ। ਅੱਛਾ, ਇੱਕ 3 ਨੰਬਰ ਤੇ ਦੁਕਾਨ ਬਿਠਾ ਲਈ, ਉੱਥੇ ਰਸ਼ ਨਹੀਂ ਪੈ ਰਿਹਾ, ਸਾਰਾ ਰਸ਼ ਉੱਥੇ ਚਲੇ ਗਿਆ। ਕਿਉਂ? ਉਹ ਦੁਕਾਨ ਨੇ ਲਿਖਤਾ ਦੋਵੇਂ ਮੇਰੇ ਕੋਲ ਲੈ ਕੇ ਵੇਚਦੇ ਨੇ। ਫੈਸਲਾਬਾਦ ਮੈਂ ਮੋਟਰਸਾਈਕਲ ਲੈ ਗਏ, ਫਿਰ ਮੈਂ ਕਿਹਾ ਦਸਾਂ ਦਾ ਤੇਲ ਪਾ ਦੇ। ਅੱਛਾ, ਕਹਿੰਦਾ ਵੀਰੇ ਟੈਂਕੀ 'ਚ ਰਹਿਣ ਦੇ, ਕੰਨਾਂ 'ਚ ਪਵਾ ਲਾ। ਸ਼ੇਖ ਸਾਹਿਬ ਤਾਂ ਜੁਗਤਾਂ ਕਰਦੇ ਹੀ ਬਹੁਤ ਨੇ। ਕਿਸ ਤਰ੍ਹਾਂ? ਫੈਸਲਾਬਾਦ ਦੇ ਸ਼ੇਖ ਦੇ ਘਰ ਇੱਕ ਸਵੇਰੇ ਸਵੇਰੇ ਫਕੀਰ ਆ ਗਿਆ। ਅੱਛਾ, ਕਹਿੰਦਾ ਮੈਂ ਅੱਲਾ ਦਾ ਪਰਾਉਣਾ, ਸੀਤੇ ਲੈ ਗਿਆ ਵੀਰੇ, ਉਹਦਾ ਘਰ। ਉਹ ਸਾਰੀ ਦਿਹਾੜੀ ਉੱਥੇ ਖਲੋਤਾ ਰਿਹਾ। ਉੱਥੇ ਮੈਂ ਜਾ ਕੇ ਮੈਂ ਕਿਹਾ ਛੋਟੀ ਡੱਬੀ ਗੋਲਡ ਲੀਫ ਦੀ ਦੇਣਾ। ਅੱਛਾ, ਵੱਡੀ ਦੀ ਤਬੀਅਤ ਖਰਾਬ ਆ। ਰਕਸ਼ੇ ਵਾਲੇ ਨੂੰ ਮੈਂ ਕਿਹਾ ਲਾਈਟ ਬੰਦ ਕਰ ਦੇ, ਤੂੰ ਜ਼ਿਕਰ ਕਰਨਾ। ਚਾਦਰ ਲੈਣ ਚਲਾ ਗਿਆ, ਮੈਂ ਕਿਹਾ ਚਾਦਰ ਗਰਮ ਹੈ, ਕੋਸੀਆਂ ਕੋਸੀਆਂ ਵੀਰੇ ਲੈ। ਹਰ ਬੰਦਾ ਜੁਗਤ ਕਰਦਾ, ਤੂੰ ਫਿਰਦਾ ਹੀ ਰਹਿਣਾ ਸਾਰੀ ਦਿਹਾੜੀ, ਫਿਰਦਾ ਹੀ ਰਹਿਣਾ। ਔਰ ਫੈਸਲਾਬਾਦ ਦੇ ਬੰਦੇ ਨੇਕ ਹੈਗਾ। ਅੱਛਾ, ਕੀ? ਯਾਰ ਖੁੱਲ ਕੇ ਤਾੜੀਆਂ ਮਾਰੋ, ਕੀ ਹੋ ਗਿਆ ਬੱਬਰ ਸ਼ੇਰ ਤੁਹਾਨੂੰ? ਯਾਰ ਸਰਦੀ ਮੰਨੇ ਹੈਗੀ, ਹਾਂ ਗੱਲ ਵੀ ਵਾਲੇ ਉਹ ਪੱਖਾ ਨਾਲ ਆ ਲੈਣਾ ਜਾਣ ਲੱਗਿਆ। ਚੱਲ ਬਾਈ ਜੀ, ਹਾਂਜੀ, ਹਜ਼ਾਰ ਰੁਪਏ ਦੀ ਜਨਾਬ ਜੀ, ਮਰੀ ਜਾਓਗੇ ਕੀ ਹੋਏਗਾ? ਠੰਡ ਖਰਚਾ
ਮੈਂ ਤੁਹਾਡੇ ਘਰ ਜਾਵਾਂਗਾ ਕੀ ਹੋਏਗਾ ਖਰਚਾ ਬੱਚਾ ਦੋ ਦੋ ਹਜ਼ਾਰ ਦੀ ਲੱਗੀ ਉਹ ਕਿਹੜੀ ਚੀਜ਼ ਹੈ ਜਿਹੜੀ ਦੁੱਧ ਵੀ ਦਿੱਤੀ ਤੇ ਆਂਡੇ ਵੀ ਮੇਰੀ ਮਾਂ ਦੇ 2000 ਕੀ ਹੈ ਬੈਕਰੀ ਵਾਲਾ ਲਓ ਜਨਾਬ ਜੀ ਜੀ ਅੱਠ ਅੱਠ ਸੌ ਦੀ ਜੀ ਜੀ ਇੱਕ ਬੰਦਾ 20 ਮੰਜ਼ਿਲਾ ਬਿਲਡਿੰਗ ਤੋਂ ਡਿੱਗਾ ਮਰ ਗਿਆ ਹੈਗਾ ਕਿ ਬਚ ਗਿਆ ਹੈਗਾ ਮਰ ਗਿਆ ਬਚ ਗਿਆ ਵਜ੍ਹਾ ਫਿਲਮ ਦੀ ਸ਼ੂਟਿੰਗ ਹੋ ਰਹੀ 900 ਦੀ ਲੱਗੀ ਇੱਕ ਬੰਦੇ ਨੇ ਪੈਨ ਕੱਢਿਆ ਲਿਖਣ ਲਈ ਸਿਆਹੀ ਭਰਨ ਲਈ ਲਿਆ 100 ਬਾਕੀ ਲੈ ਫਟਾਫਟ ਕਰ ਫਟਾਫਟ 200 ਦੀ ਜੀ ਅਸਲ ਸ਼ਹਿਰ ਦੀ ਕੀ ਨਿਸ਼ਾਨੀ ਹੈ ਅਸਲ ਲੱਭਦਾ ਹੀ ਨਹੀਂ ਜਲਦੀ ਕਰ ਲਓ ਜੀ 1000 ਦਾ ਦੀ ਜੀ 1000 ਰੁਪਏ ਦੀ ਠੀਕ ਹੈ 10 ਵਜੇ ਮੋਬਾਈਲ ਤੁਸੀਂ ਚਾਰਜਰ ਲਾਓ ਜੀ 11 ਵਜੇ ਕੱਢ ਲਓ ਕੀ ਹੋਏਗਾ ਚਾਰਜ ਹੋ ਜਾਏਗਾ ਮੋਬਾਈਲ ਹਾਂ ਚਾਰਜ ਹੋ ਜਾਏਗਾ ਹਾਂਜੀ 10 ਵਜੇ ਬੱਤੀ ਗਈ ਹੁੰਦੀ ਵਾਰੇ ਵਾ ਇਹ ਕਿਹੜੇ ਸਵਾਲ ਸ਼ੁਰੂ ਕਰ ਲਏ ਜੀ ਸਰ ਇਹ 2000 ਦੀ ਜੀ ਜੀ ਉਹ ਕਿਹੜਾ ਜਾਨਵਰ ਹੈ ਜਿਹਦੇ 8 ਕੰਨ 8 ਲੱਤਾਂ ਹਾਂਜੀ ਹਾਂਜੀ 8 ਨੱਕ ਪਤਾ ਨਹੀਂ 2000 ਦਿਓ ਤੁਸੀਂ ਵੀ ਦੱਸੋ 1000 ਰੱਖੋ ਮੈਨੂੰ ਵੀ ਨਹੀਂ ਪਤਾ ਲਓ ਜਨਾਬ 1000 ਰੁਪਏ ਦੀ ਫਟਾਫਟ ਇੱਕ ਹਾਥੀ ਉਹਦੇ ਅੱਗੇ 5 ਕੇਲੇ ਪਏ ਨੇ ਜੀ ਜੀ ਹਾਥੀ 4 ਕੇਲੇ ਖਾ ਲੈਂਦਾ ਇੱਕ ਨਹੀਂ ਖਾਂਦਾ ਵਜ੍ਹਾ ਰੱਜ ਗਿਆ ਇੱਕ ਕੇਲਾ ਪੱਥਰ ਦਾ ਹੈ ਫਿਰ ਇੱਕ ਹਾਥੀ ਉਹਦੇ ਅੱਗੇ 5 ਕੇਲੇ ਪਏ ਨੇ ਹਾਥੀ 5 ਦੇ 5 ਨਹੀਂ ਖਾਂਦਾ ਹਾਥੀ ਪੱਥਰ ਦਾ ਅੱਗੇ ਚੱਲ ਫੜਾਵਾ ਲਓ ਜਨਾਬ ਜੀ ਜੀ ਮੈਂ ਕਹਿੰਦਾ ਆਖਰੀ ਲਾ ਲਈਏ ਲਾ ਲਓ ਆਖਰੀ ਲਾ ਲਓ ਇਹ ਲੈ ਲਓ ਸਾਰੇ ਸਾਰੇ ਪੈਸੇ ਸਾਰੇ ਸਾਰੇ ਪੈਸੇ ਜੀ ਜੀ ਤੁਸੀਂ ਇਹ ਦੱਸਣਾ ਕਿ ਉਹ ਕਿਹੜੀ ਸ਼ਹਿ ਜਿਹੜੀ ਚੱਲਦੀ ਵੀ ਬਹੁਤ ਹੈ ਤੇ ਘੱਸਦੀ ਵੀ ਨਹੀਂ ਇਸਤਰੀ ਸੜਕ ਪੜਾ ਦੇ ਕਿਉਂ ਮੁਗਲਪੁਰੇ ਵਾਲੀ ਸਾਈਡ ਤੇ ਸਾਲਿਆ ਸਾਰੀਆਂ ਟੁੱਟੀਆਂ ਨੇ ਚੱਲ ਨਿਕਲ ਖੇਚਲਾ ਪੈਸੇ ਤੁਹਾਡਾ ਖਾਣਾ ਖਰਾਬ ਹੋਵੇ ਮੇਰਾ ਗਲਤ ਹੋਵੇ ਕੱਖ ਨਾ ਰਵੇ ਇਹਨਾਂ ਕੁਲੀਆਂ ਦਾ ਟੁੱਟ ਮੰਨੇ ਨਾ ਹੁੰਦੇ ਮੈਂ ਇੱਕ ਕੁਲੀ ਨੂੰ ਕਹਵੇ ਇਹ ਮੇਰਾ ਸਮਾਨ ਤੇ ਅੰਦਰ ਪਹੁੰਚਾ ਦੇ ਕਿਸੇ ਨੂੰ ਇਹ ਨਹੀਂ ਕਹੀਦਾ ਹੁੰਦਾ ਸਮਾਨ ਅੰਦਰ ਪਹੁੰਚਾ ਦੇ ਵੇ ਚੱਲ ਬਕਵਾਸ ਨਾ ਕਰ ਮੈਨੂੰ ਕੋ ਕਹਿੰਦਾ ਦੇ 100 ਰੁਪਇਆ ਅੱਛਾ ਮੈਂ ਕਿਹਾ ਚੱਲ ਦਵਾਓ ਮੈਂ ਆਪਣਾ ਸਮਾਨ ਆਪ ਚੁੱਕ ਕੇ ਲੈ ਆਈ ਆ ਯਾਨੀ ਕੁਲੀ ਨੂੰ ਤੁਸੀਂ ਕਿਹਾ ਬੈਗ ਚੁੱਕ ਤੇ ਉਹਨੇ ਕਿਹਾ ਮੈਂ 100 ਰੁਪਇਆ ਲਵਾਂਗਾ ਆਹੋ ਤੁਸੀਂ ਉਹਨੂੰ ਨਹੀਂ ਚੁਕਾਇਆ ਆਪ ਚੁੱਕ ਲੈ ਆਇਓ ਹਾਂ 50 ਰੁਪਏ ਦੇ ਦਿਓ ਵੇ ਕਾਹਦੇ 50 ਰੁਪਏ ਉਹ ਟੈਕਸ ਦਿੰਨੇ ਆ ਸਾਡਾ ਅਸੂਲ ਏ ਲੈ ਜਾ ਮੁੰਡਾ ਬੈਗ ਅਸੀਂ ਚੁੱਕ ਕੇ ਲੈ ਆਈਏ ਤੇ 100 ਰੁਪਇਆ ਸਵਾਰੀ ਆਪ ਚੁੱਕ ਕੇ ਲੈ ਆਵੇ ਤੇ 50 ਰੁਪਏ 50 ਰੁਪਏ ਦੇ ਦੇ ਤੇ ਲੈ ਲਈ ਬੈਗ ਭਈਆ ਚੰਗੀ ਬਦਮਾਸ਼ੀ ਹੈ ਉਹ ਬਦਮਾਸ਼ੀ ਹੈ ਤੇ ਬਦਮਾਸ਼ੀ ਸਹੀ ਓਏ ਆਰਾਮ ਨਾਲ ਤੈਨੂੰ ਅੰਦਾਜ਼ਾ ਨਹੀਂ ਮੈਂ ਕਿਸ ਕਿਸਮ ਦੀ ਔਰਤ ਆ ਤੈਨੂੰ ਮੈਂ ਆਉਂਦੇ ਆ ਵੇਖ ਲਿਆ ਤੂੰ ਇਸ ਕਿਸਮ ਦੀ ਔਰਤ ਹੈ ਵੇ ਕਿਹੜੀ ਕਿਸਮ ਹੁੰਦੀ ਹੈ ਖਾਣਾ ਖਰਾਬਾ ਸਕੂਲੇ ਪੜਨੀ ਹੈ ਸਕੂਲੇ ਪੜਨੀ ਹੈ ਮੈਂ ਤੇਰੀਆਂ ਨਾਸਾਂ ਦੇ ਠੁੱਡੇ ਮਾਰ ਦੇਣੀ ਪਿੱਛੇ ਬਸਤਾ ਬਣੇ ਆ ਬਸ ਆ ਕੀ ਹੈ 50 ਰੁਪਏ ਦੇ ਨਹੀਂ ਜਾਣਾ 50 ਰੁਪਏ ਨਹੀਂ ਲੈਣੇ ਨਹੀਂ 50 ਰੁਪਏ ਤੈਨੂੰ ਮੈਂ ਕਹਿੰਦਾ ਦੇਵਾਂਗੀ ਤੇ ਬੈਗ ਮਿਲਣਾ ਹੀ ਮੈਂ ਤੈਨੂੰ ਨਹੀਂ ਦੇਣੇ 50 ਰੁਪਏ ਤੇ ਬੈਗ ਵੀ ਤੇਰੇ ਕੋਲ ਖੋ ਲੈਣਾ ਇਹੋ ਜੀਆਂ ਔਰਤਾਂ ਵੋਟੀ ਦੇ ਨਾਲ ਜਾਂਦੀਆਂ ਲਾੜ ਦੇ ਕੰਚ ਇਹ ਸੌ ਗਈ ਤੇ ਮੈਨੂੰ ਜਗਾ ਲਈ ਲਿਆ 50 ਦੇ 50 ਦੇ 50 ਮੈਨੂੰ ਦੇਵਾਂਗੀ ਤੇ ਬੈਗ ਮਿਲਣਾ ਇੱਕ ਦਿਨ ਆਪਣੇ ਬੰਦੇ ਨੂੰ ਕਹਿੰਦੀ ਅੱਜ ਮੇਰੀਆਂ ਚੀਕਾਂ ਕਢਾ ਦੇ ਤੇ ਨਾਸਾਂ ਦੇ ਵਾਲ ਪੁੱਟਣ ਲੱਗ ਪਈ ਲਿਆ 50 ਤੂੰ ਉੱਥੇ ਕਿੱਥੇ ਸਵੇ ਮੈਂ ਵੇਖ ਰਿਹਾ ਸੀ ਉਤੋਂ ਦੀ ਦੇਵਨ ਦੀ ਸ਼ੋਹਾ ਜਿਆ ਨਾ ਇੱਕ ਦਿਨ ਆਪਣੇ ਬੰਦੇ ਨੂੰ ਕਹਿੰਦੀ ਤੈਨੂੰ ਨਵਾਂ ਸਟੈਪ ਕਰਕੇ ਵਹਾਵਾਂ ਕਹਿੰਦਾ ਕਾਰ ਕਰਦੀ ਡਾਂਸ ਵਿੱਚ ਹੀ ਲਿਆ ਕੀ ਲਿਆ ਮੈਂ ਸਮਾਨ ਹੱਥ ਨਾਲ ਲਈ ਬੜਾ ਕੀਮਤੀ ਸਮਾਨ ਹੀ ਇਹਦੇ ਵਿੱਚ ਉਹ ਕੀ ਹੈ ਇਹਦੇ ਵਿੱਚ ਮੇਰੀ ਭੈਣ ਦਾ ਜਹੇਜ਼ ਹੀ ਅੱਜ ਤੋਂ ਬਾਅਦ ਉਹ ਮੇਰੀ ਭੈਣ ਦਾ ਜਹੇਜ਼ ਹੈ ਮੇਰੀ ਧੀ ਦੇ 7 ਸੂਟ ਨੇ ਓਏ ਮੇਰੇ ਭਰਾ ਦੇ ਕਰਤੀਆਂ ਹੋ ਰਹੀਆਂ ਨੇ ਉਹਨਾਂ ਦੇ ਸੂਟ ਨੇ ਮੇਰੇ ਪਿਓ ਦੀ ਕੀਮਤੀ ਪੱਗ ਹੀ ਇਹਦੇ ਚ ਓਏ ਬਸ਼ੀਰਿਆ ਤੂੰ ਪਿਓ ਦੀ ਪੱਗ ਤੇ ਨਹੀਂ ਬਚਾ ਸਕਿਆ ਆ ਮੇਰੇ ਪਿਓ ਦੀ ਪੱਗ ਹੈ ਮੇਰੇ ਖਾਵਾਂ ਦਾ ਕੱਛਾ ਵੀ ਹੂੰ ਅੱਜ ਤੋਂ ਬਾਅਦ ਉਹ ਮੇਰੀ ਭੈਣ ਦੇ ਖਾਵਾਂ ਦਾ ਕੱਛਾ ਪਕਾ ਦੇ 50 ਦੇ 50 ਦੇ 50 ਦੇ ਹੈ ਹੀ 54 ਫੜ ਪੂਰੇ 50 ਨਹੀਂ ਬਦਤਮੀਜ਼ ਜਿਆ ਉੱਡ ਜਾਂਦੀ ਲੱਗਦੀ ਜਿਵੇਂ 2 ਸ਼ੇਖ ਚੁਗਲੀਆਂ ਕਰਨ ਹੈ ਗਰਮਾ ਗਰਮ ਨਾਨ ਪਕੌੜੇ ਬਾਈ ਗਰਮਾ ਗਰਮ ਨਾਨ ਪਕੌੜੇ ਲਿਆ ਗਏ ਠੰਡੇ ਪਕੌੜੇ ਵੇਚਣ ਵਾਲਾ ਤੂੰ ਕਿਤੇ ਟਾਈਮ ਨਾਲ ਆ ਜਾਂਦੀ ਤੈਨੂੰ ਗਰਮ ਲੱਭ ਜਾਣੇ ਸਨ ਕੀ ਬਕਵਾਸ ਕਰ ਰਿਹਾ 40 ਰੁਪਏ ਪਾ ਪਕੌੜੇ ਤੇ ਮੈਂ ਕੀ ਕਰਾਂ ਨਹੀਂ ਲੈਣੇ ਨਹੀਂ 20 ਰੁਪਏ ਕੱਢੋ ਵੇ ਕਾਹਦੇ 20 ਰੁਪਏ ਚੰਗਾ ਗੁੰਡਾ ਕਰਦੀ ਐ ਨੇ 50 ਰੁਪਏ ਨਹੀਂ ਚਲੇ ਤੂੰ 20 ਰੁਪਏ ਮੰਗਣ ਲਈ ਲੈਣੇ ਨੇ ਤਾਂ 40 ਰੁਪਏ ਨਹੀਂ ਲੈਣੇ ਤੇ 20 ਰੁਪਏ ਹਾਂ ਨਹੀਂ ਤੇ ਬੈਗ ਨਹੀਂ ਮਿਲੇਗਾ ਹਾਏ ਹਾਏ ਮੈਂ ਤੇ 40 ਰੁਪਏ ਪਾ ਪਕੌੜੇ ਫਟਾਫਟ ਦਫਾਓ ਪਲੀਜ਼
ਮਹੱਲੇ ਵਾਲੋ ਹੋ ਗਿਆ ਚੁੱਪ ਹੋ ਗਏ 40 ਰੁਪਏ ਪਾ ਮੈਂ ਤੇਰਾ ਸੌਦਾ ਸੁੱਟ ਦੇਣਾ ਹੀ ਕਿਸੇ ਦੇ ਸੌਦੇ 'ਚ ਹੱਥ ਨਹੀਂ ਮਾਰੀਦਾ ਬੜਾ ਬਦਤਮੀਜ਼ ਹੈ ਚਲੋ ਕੁਛ ਨਹੀਂ ਮੈਂ ਤੇ ਨਹੀਂ ਕੋਈ ਗੱਲ ਨਹੀਂ ਕੀ ਹੈ ਨਾ ਲੈਣਾ ਹੋਵੇ ਕਿਸੇ ਦੇ ਸੌਦੇ 'ਚ ਹੱਥ ਨਹੀਂ ਮਾਰੀਦਾ ਮੈਂ ਚੱਲ ਚੱਲ ਪੋਤਾ ਸ਼ੋਖੀਆਂ ਨਾ ਮਾਰ ਐ ਨਹੀਂ ਸ਼ੋਖੀਆਂ ਨਾ ਮਾਰ ਨਹੀਂ ਇੰਨਾ ਮੇਕਅਪ ਕੀਤਾ ਤੇਰੇ ਨਾਲ ਕੋਈ ਬੰਦਾ ਫਸਣਾ ਹੈ ਦੱਸ ਤੇ ਸਹੀ ਮੈਨੂੰ ਅੱਲਾ ਨੂੰ ਮੰਨਦਾ ਮਾਰੋ ਤਾੜੀਆਂ ਅੱਲਾ ਸਲਵਾਰ ਦੇ ਪਹੁੰਚੇ ਬੰਨ ਕੇ ਵਿੱਚ ਫੂਕ ਭਰ ਕੇ ਤੈਨੂੰ ਉੱਡ ਕੇ ਵਹਾਏ ਅੱਛਾ ਇਹੋ ਜਿਹੀਆਂ ਔਰਤਾਂ ਰਾਤ ਨੂੰ ਸੁੱਤੇ ਪਏ ਆਪਣੇ ਖਰਾਟੇ ਤੋਂ ਵੀ ਡਰ ਜਾਂਦੀਆਂ ਨੇ ਇਹੋ ਜਿਹੀ ਔਰਤ ਪਹਿਲੋ ਹੱਥ ਨਹੀਂ ਲਾਉਣ ਦਿੰਦੀ ਮੈਂ ਮੈਨੂੰ ਹੱਥ ਨਾ ਲਾਈ ਵੇ ਤੇਰਾ ਬੇੜਾ ਤਰ ਜੇ ਵੇ ਤੇਰਾ ਭਲਾ ਹੋ ਜਾ ਇਹੋ ਜਿਹੀ ਚਲਾਕ ਬਤਕਾ ਟੁਰਦੀਆਂ ਟੁਰਦੀਆਂ ਆਂਡਾ ਵੀ ਦੇਖ ਰਹੀਆਂ ਨੇ ਇੱਕ ਦਿਨ ਆਪਣੇ ਬੰਦੇ ਨੂੰ ਕਹਿੰਦੀ ਅੱਜ ਇਹੋ ਜਿਹਾ ਕੰਮ ਕਰਕੇ ਮੈਂ ਘੁੰਮਦੀ ਹੀ ਰਵਾਂ ਉਹਨੇ ਸਿਰ ਫੜਿਆ ਤੇ ਕੰਧ 'ਚ ਮਾਰਤਾ ਠਾ ਬੰਦ ਬੋਰਡ ਲਾ ਦਿੱਤੇ ਅਖੀਰ ਇਹਦੀ ਮਾਂ ਨੂੰ ਇੱਕ ਪੈਰਾਂ ਨੇ ਮਿਸ਼ਰ ਦਾ ਪਹਿਣਾ ਜਾ ਕੇ ਲੈਣ ਗੱਡੀਆਂ ਲੈਣਾਂ ਦੇ ਬਹੁ ਇਹਦੀ ਮਾਂ ਲੈਣ ਗੱਡੀਆਂ ਲੈਣਾਂ ਦੇ ਬੈਠੀ ਹੈ ਪਿੱਛੋਂ ਪਾਲਾ ਇੰਜਣ ਆਇਆ ਕਰਦਾ ਪਾਂ ਕਰਦਾ ਇਹ ਬੜਾ ਭਾਈ ਸਾਹਿਬ ਇਹ ਜਦੋਂ ਬੱਚਾ ਪੈਦਾ ਹੋਣ ਵਾਲਾ ਹੁੰਦਾ ਮਾਵਾ ਸੋਹਣੀਆਂ ਸੋਹਣੀਆਂ ਤਸਵੀਰਾਂ ਕਿਉਂ ਦੇਖਦੀ ਆ ਸੋਹਣੀ ਸੋਹਣੀ ਔਲਾਦ ਹੋਵੇ ਤੇਰੀ ਮਾਂ ਨਿਓਲਿਆਂ ਦੀ ਲੜਾਈ ਵੇਂਦੀ ਰਹੀ ਉਧਰ ਚੱਲ ਉਧਰ ਪਰਾਂ ਇਹ ਮਾਵਾ ਸੋਹਣੀਆਂ ਤਸਵੀਰਾਂ ਕਿਉਂ ਵੇਖਦੀਆਂ ਨੇ ਬਈ ਬੱਚੇ ਸੋਹਣੇ ਹੋਣ ਤੇਰੀ ਅੰਮੀ ਸੰਨਿਆਂ 'ਚ ਫਿਰਦੀ ਰਹੀ ਇਹ ਕਿਉਂ ਵੇਂਦੀਆਂ ਨੇ ਸੋਹਣੀ ਸੋਹਣੀਆਂ ਫੋਟੋਆਂ ਤਾਂ ਕਿ ਬੱਚਾ ਖੂਬਸੂਰਤ ਹੋਵੇ ਤੇਰੀ ਮਾਂ ਖੁੱਲਾ ਇੰਜਣ ਵੇਂਦੀ ਰਹੀ ਏ ਇਹ ਬੜਾ ਵੱਡਾ ਚੋਰ ਜੇ ਇਹਨੂੰ ਫਰਿਸ਼ਤੇ ਲੱਭ ਰਹੇ ਨੇ ਕਿਉਂ ਇਹ ਮੂੰਹ ਕੁੱਤੇ ਨੂੰ ਲੱਗਣਾ ਸੀ ਡਾਲ ਚੋਂ ਰੋਂਦਾ ਨਿਕਲਿਆ ਮੈਂ ਤੇ ਸੁਣਿਆ ਸੀ ਲੱਕੜਾ ਪਾੜਦੇ ਨੇ ਇਹ ਵੀ ਨਿਕਲਿਆ ਪਠਾਨਾ ਦੇ ਟਾਲ ਤੋਂ ਮੋਟ ਤੇ ਸਲਵਾਰ ਰੱਖ ਕੇ ਆਖੀ ਜਾਵੇ ਅਬ ਕਾਨੂੰਨੀ ਕਾਰਵਾਈ ਹੋਗੀ ਇਹਦੇ ਅੱਬੇ ਨੇ ਕਿਹਾ ਚੰਨ ਵੇਖ ਚੜਿਆ ਕਿ ਨਹੀਂ ਕਹਿੰਦਾ ਆਪਾਂ ਜੀ ਉਹਦੇ ਉੱਤਰ ਕੇ ਪੈਸੇ ਵੀ ਦੇ ਗਏ ਦੱਸ ਲਕਸ਼ਮੀ ਚੌਂਕੋ ਚਿੜੇ ਖਾਣ ਗਿਆ ਤੇ ਭੁਲੇਖੇ ਨੇ ਚਿੜੀਆਂ ਖਾਇਆ ਰਾਤ ਨੂੰ ਆਪਣੇ ਵਾਸਤੇ ਬੰਦਾ ਲੱਭਦਾ ਫਿਰੇ ਰਾਤ ਦੇ 12 ਵਜੇ ਮੈਂ ਇਹਦੀ ਗਲੀ ਚੋਂ ਲੰਘਿਆ ਇਹਦੀ ਬਾਰੀ ਖੁੱਲੀ ਆਪਣੀ ਬੁੱਢੀ ਨਾਲ ਚੋਲਾ ਮੋਲਾ ਕਰ ਰਿਹਾ ਅੱਛਾ ਮੈਂ ਕਿਹਾ ਸਾਲਿਆ ਬਾਰੀ ਬੰਦ ਰੱਖਿਆ ਕਰ ਧੀਆਂ ਭੈਣਾਂ ਲੰਘਦੀਆਂ ਤੂੰ ਆਪਣੀ ਬੁੱਢੀ ਨਾਲ ਇਹ ਹਰਕਤਾਂ ਕਰ ਰਿਹਾ ਸੀ ਕਹਿੰਦਾ ਹੱਥ ਮਿਲਾ ਮੈਂ ਤਾਂ ਰਾਤੀ ਘਰ ਹੀ ਨਹੀਂ ਸੀ ਲਓ ਓਏ ਓਏ ਅਸੀਂ ਚੁੱਪ ਹੋ ਜਾਈਏ ਇਧਰ ਆ ਇਧਰ ਆ ਕੋਈ ਐਸੀ ਗੱਲ ਇੱਕ ਮਿੰਟ ਠਹਿਰ ਜਾ ਇੱਕ ਮਿੰਟ ਠਹਿਰ ਹੋ ਗਿਆ ਸਕੂਲ ਈਜ਼ੀ ਇੱਧਰ ਤਾਂ ਵੇਖੋ ਇਹੋ ਜਿਹਾ ਬੰਦੇ ਹੁੰਦੇ ਨੇ ਸਿਲਵਰ ਦਾ ਕੌਲਾ ਲੈ ਕੇ ਤੇ ਸਟੇਸ਼ਨ ਤੇ ਘੁੰਮਣ ਡਏ ਹੁੰਦੇ ਨੇ ਬੰਦਾ ਪੁੱਛਣਾ ਹੋਇਆ ਕੀ ਉਹ ਸਹੁਰਿਆਂ ਦਵੀਤ ਪਾਏ ਨੇ ਇਹੋ ਜਿਹਾ ਛੋਟੇ ਛੋਟੇ ਕੁੱਤੇ ਕਾਰ 'ਚ ਰੱਖੇ ਹੁੰਦੇ ਜਿੱਥੇ ਬ੍ਰੇਕ ਲੱਗਦੀ ਤੇ ਇਹੋ ਜਿਹੇ ਠਰਕੀ ਕੁੱਤੇ ਹੁੰਦੇ ਨੇ ਕੋਈ ਚੌਂਕ 'ਚ ਕੁੱਤੀ ਕੁੱਤਾ ਆਵੇ ਇਹੋ ਜਿਹੇ ਕੁੱਤੇ ਫੱਟੇ ਥੱਲੇ ਬੈਗ ਮਜ਼ਾ ਲੈਂਦੇ ਨੇ ਇਹੋ ਜਿਹੇ ਭੈਂਗੇ ਕੁੱਤੇ ਦੇ ਨੱਕ ਤੇ ਮੱਖੀ ਬਹਿ ਜਾ ਤੇ ਉਡਾਉਂਦਾ ਕਿਵੇਂ
ਇਹੋ ਜਿਹਾ ਕੁੱਤੇ ਦੀ ਪੂਛਲ ਕੱਟੀ ਹੋਵੇ ਤੇ ਨਾਲ ਦੇ ਕੁੱਤੇ ਨੂੰ ਬੜੇ ਫਖਰ ਨਾ ਆਉਂਦਾ। ਵੇਖੀ ਆ ਕਟਕ ਇਹੋ ਜਿਹੀਆਂ ਭੈਂਗੀਆਂ ਗਿਰਲੀਆਂ ਮੱਛਰ ਕਿਵੇਂ ਫੜਦੀਆਂ ਨੇ। ਇਹੋ ਜਿਹੇ ਡੱਡੂ ਮਿੱਟੀ ਨੂੰ ਮੂੰਹ ਪਾਉਂਦੇ ਤੇ ਗਰਮ ਸਿਗਰਟ ਨੂੰ ਲੱਗ ਜਾਂਦਾ। ਇੱਕ ਦਿਨ ਮੈਂ ਨਹਿਰ ਦੇ ਨਾਲ ਗਿਆ, ਮੈਂ ਕਿਹਾ ਡੱਡੂ ਘੁੱਟ, ਇਹਨੇ ਡੱਡੂ ਘੁੱਟਿਆ, ਮੇਰੀਆਂ ਚੀਕਾਂ ਨਿਕਲ ਗਈਆਂ, ਕੰਨ ਮਰੋੜਦਾ ਰਿਹਾ ਮੈਂ ਕਿ ਉਹ ਛੱਡੇ। ਜ਼ੀਰੋ ਦੇ ਬਲਬ ਇਹਦੇ ਨਾਲ ਦੇ ਲੈਟਰੀਨ 'ਚ ਲੱਗੇ ਹੁੰਦੇ ਬਾਲਣ ਤੋਂ ਪਹਿਲਾਂ ਫਿਊ। ਇਹੋ ਜਿਹਾ ਮੂੰਹ ਸਵੇਰੇ ਸਵੇਰੇ ਕਿਸਾਈਆਂ ਦੇ ਫੱਟੇ 'ਤੇ ਪਏ ਹੁੰਦੇ ਨੇ ਤੇ ਉਹੋ ਜਿਹਾ ਮੂੰਹ ਤੇਰੀ ਭੈਣ ਦੇ ਕਮਰੇ 'ਚ ਪਏ ਹੁੰਦੇ ਨੇ। ਚੱਲ ਫਿਰ ਭਈਆ ਚੱਲ ਆ ਜਾ ਇੱਧਰ ਤਾਂ ਵੇਖੋ, ਇਹ ਤੇ ਇਹਦੀ ਬੀਵੀ ਨਿਊਖਾਂ ਦੇ ਵਿੱਚ ਸਫ਼ਰ ਕਰਨ ਡਏ ਨੇ, ਇੱਥੇ ਇਹਦੀ ਬੁੱਢੀ ਬੈਠੀ ਹੈ, ਨਾਲ ਆਪ ਬੈਠਾ, ਨਾਲ ਇੱਕ ਬੰਦਾ ਬੈਠਾ। ਨਾਲ ਦੇ ਬੰਦੇ ਨੂੰ ਪੁੱਛਦਾ ਭਾਅ ਜੀ ਉਤਰ ਕੇ ਕੀ ਲਵੋਗੇ ਹੋਰ, ਕਹਿੰਦਾ ਆਹਰੀ ਗੱਲ ਸਿੱਧੀ ਗੱਲ ਟੈਕਸੀ ਲਵਾਂਗੇ। ਇਹ ਕਹਿੰਦੇ ਜੇ ਤੁਹਾਨੂੰ ਇੱਥੇ ਦੇ ਦਈਏ ਤੇ ਪਹਿਲਾਂ ਕਮਲੇ ਨੂੰ ਬੰਦਾ ਇਹ ਪੁੱਛੇ ਵੀ ਨਿਊ ਖਾਂ ਤੋਂ ਉਤਰ ਕੇ ਤੇ ਬੰਦੇ ਨੇ ਚਿੰਗਚੀ ਲੱਭਣਾ, ਟੈਕਸੀ ਤੇਰੀ ਭੈਣ ਨੂੰ ਬਿਠਾ ਕੇ ਲਿਜਾਣਾ ਸੀ ਵਿੱਚ। ਚਲੋ ਜ਼ਿੱਦ ਕਰ ਰਹੀ ਸੀ ਤੂੰ ਕਿਆ? ਮੈਨੇ ਕੰਜਰ ਦੇਖਣੇ ਆ, ਦੇਖ ਲਓ ਵੇਰ ਸੀ ਵੀ ਨਾਲ। ਅੱਛਾ ਸਾਨੂੰ ਕੰਜਰ ਕਹਿਣ ਦੇ ਆ, ਆਪ ਜਿਵੇਂ ਡਾਕਟਰ ਅਮਰ ਲਿਆ ਬਾਤ ਚ ਕੀ ਐਦਰ ਘੁੰਮ ਕੇ ਵਾਣਾ ਦੌਲੇ ਸਿਮਿੰਟੋ ਮੇ ਠੰਡੀ ਕਰੇ ਧਿਆਨ ਰੱਖ। ਇਹ ਭਾਈ ਸਾਹਿਬ ਤੁਹਾਡੀ ਫ੍ਰਿਜ ਹੈ? ਹਾਂਜੀ। ਇਹ ਉਤਲਾ ਖਾਨਾ ਖੋਲ ਕੇ ਦੋ ਕੋਲੇ ਬਰਫ਼ ਦੇ ਬੜਾਓ। ਆ ਤੇ ਪਿਛਲਾ ਖਾਨਾ ਖੋਲ ਕੇ ਤੈਨੂੰ ਖੀਰ ਹੀ ਨਾ ਖਵਾ ਦਈਏ। ਦੇਖਾ ਇਹਨੇ ਸਹੀ ਨਹੀਂ ਹੋਣਾ, ਇਹਨੇ ਸਹੀ ਨਹੀਂ ਹੋਣਾ, ਇਹਨੂੰ ਲਿਜਾਣਾ ਪੈਣਾ ਕਮਾਲੀਏ ਫਜ਼ਲ ਮੁਰਾਦ ਖਾਨ ਦੇ ਕੋਲ, ਉੱਥੇ ਇਹਨੂੰ ਸਿਖਾਵਾਂਗੇ ਸਭ ਕੁਝ, ਫਿਰ ਇਹਨੂੰ ਪਤਾ। ਇਧਰ ਆ ਗੱਲ ਸੁਣ, ਇੱਕ ਮਿੰਟ ਰਹਿ ਜਾ, ਓਏ ਮੇਰੇ ਘਰ ਐਲਾਨ ਕਰ ਦਿਓ ਕਿ ਅੱਜ ਮੇਰੀ ਸ਼ਹਾਦਤ ਹੈ। ਵਿਜਾ ਵੀ ਤੂੰ ਸਾਲਿਆ, ਇਹੋ ਜੀ ਔਰਤ ਦੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਰੈਸਲ ਕਰਨੀ ਪੈਂਦੀ ਹੈ, ਕਦੀ ਫ੍ਰਿਜ ਸੁੱਟ ਲਓ ਆਪਣੇ ਤੇ, ਕਦੀ ਬੰਬੇ ਦੇ ਥੱਲੇ ਲੱਤ ਦੇ ਦਿਓ। ਉਹਨੇ ਵਿਆਹ ਕਰਕੇ ਕਿਹੜੀ ਘਰ ਰੱਖਣੀ ਹੈ? ਸੁਣ, CNG ਤੇ ਕਰਾ ਕੇ ਸਰਗੋਧਿਆਲ ਛੱਡੀ। ਉਹ CNG ਤੇ ਕਰਾ ਦਿਆਂ, ਲੇਕਿਨ ਮੈਂ ਨਾ ਔਰਤ ਜ਼ਾਤ ਦੇ ਸਿਲੰਡਰ ਲਮਕ ਦਾ ਕਿੱਡਾ ਬੁਰਾ ਲੱਗਦਾ। ਚਲੋ ਜੀ ਲੈ ਲਓ, ਇਹ ਦੇਖੋ ਤੁਸੀਂ ਮੇਰੇ ਨਾਲ ਸ਼ਾਦੀ ਕਰ ਲਓ। ਵਿੱਚ ਸ਼ਾਦੀ ਕਰ ਲਵੋ, ਇੱਕ ਝੂਟੇ ਦੀ ਮਾਰਨੀ ਤੂੰ। ਅੱਛਾ ਜੀ, ਇੱਕ ਸਵਾਲ ਦਾ ਜਵਾਬ ਤੇ ਦਿਓ ਜੀ। ਪੁੱਛੋ। ਇਹ ਬਾਈ ਵੀਲਰ ਟਰਾਲਾ ਵੇਖਿਆ ਜੀ? ਹਾਂ। ਕਿੱਡਾ ਕੋ ਡਰਾਈਵਰ ਉਹਨੂੰ ਚਲਾਉਂਦਾ? ਖਲੋ ਇੱਥੇ, ਖਲੋ ਇੱਥੇ। ਹੁਣ ਤੁਸੀਂ ਗੱਲ ਨਹੀਂ ਸਮਝੇ, ਸਾਡੀ ਚਾਹ ਦੇ ਅੱਗੋਂ ਦੀ ਲੰਘਣਾ ਨੀ ਤੁਸੀਂ, 10 ਰੁਪਏ ਨੀ ਦੇਣੇ, ਪੜ ਲੋ ਕਲਮੇ। ਕੀ ਬਾਤ ਹੋ ਗਿਆ? ਬਸ ਹੁਣ ਅਗਲੀ ਜਾਨ ਜਾ ਕੇ ਮੁਲਾਕਾਤ ਹੋਏਗੀ। ਮੇਰਾ ਮੁੰਡਾ ਕਹਿੰਦਾ ਸੀ ਭੱਲੇ ਲੈ ਕੇ ਆਈ। ਕੀ ਹੈ ਬੈਗ 'ਚ? 2 ਮਿੰਟ ਰਹਿ ਗਏ ਨੇ ਬਸ। ਓਏ ਲੁਕ ਜੋ, ਕਹਿੰਦੇ ਕਿੱਡੇ ਨਹੀਂ ਲੱਭਦੇ। ਹੈ ਕੀ ਯੂ? ਆ ਤੂੰ ਕਿਉਂ ਡਰਨ ਡਿਆ? ਮਰਨਾ ਤੇ ਅਸੀਂ ਦੋਵਾਂ ਨੇ, ਤੂੰ ਤੇ ਸਿਰਫ ਚੁੱਪ ਹੋਣਾ। ਬੜਾ ਹੀ ਦੱਸ ਬੈਗ 'ਚ ਕੀ? ਤੇਰੇ ਸਿਰ ਤੇ ਤੇਰੇ ਖਸਮ ਦਾ ਹੱਥ ਸੀ। ਕੀ ਬਕਵਾਸ ਹੈ ਬਾਜੀ? ਇਧਰ ਆ, ਕਸਮ ਮੰਨੀ ਨਹੀਂ। ਐ ਲੈ ਬਾਜੀ, ਮੈਂ ਕਿਹਾ ਜੀ ਐ ਸਾਰੀ ਪੂੰਜੀ ਕੀ? ਓਏ ਠਹਿਰ ਜਾ, ਪੁੱਛ ਲੈਂਦੇ ਕੀ। ਦੇਖੋ ਕਿਸੇ ਟਾਈਮ ਵੀ ਫੜ ਸਕਦਾ ਬੰਦੇ ਨੂੰ, ਕੋਈ ਸਲਾਹ ਦੇ ਦੇਣੀ ਚਾਹੀਦੀ। ਹਾਂ ਦੱਸੋ। ਮੈਂ ਕਿਹਾ ਤੁਸੀਂ ਸਮਾਰਟ ਹੋ ਜਾਓ। ਕਿਸ ਤਰ੍ਹਾਂ? ਬਾਥਰੂਮ ਜਾਓ। ਲਾਨਤ ਤੇਰੀ ਜ਼ਿੰਦਗੀ ਤੇ। ਫੜੋ ਜੀ ਐ ਬਾਜੀ, ਸਾਰੇ ਪੈਸੇ ਲੈ ਦਾ ਤੇ ਦੂਰ ਜਲਾ ਕੇ ਜਾ ਕੇ ਚਲਾਈ ਕਿਤੇ। ਕੀ ਕੀ? ਦੂਰ ਜਾ ਕੇ ਚਲਾਈ ਕਿਤੇ। ਠੀਕ ਹੈ, ਤੈਨੂੰ ਪਤਾ ਇਹਦੇ 'ਚ ਕੀ ਹੈ? ਗੰਦੀਆਂ ਸੀੜੀਆਂ। ਇਲੈਕਸ਼ਨ ਦਾ ਦੌਰ ਹੈ, ਤੁਹਾਡੇ ਪਾਸੇ ਕਿਹਦਾ ਜ਼ੋਰ ਹੈ? ਕਹਿੰਦਾ ਅੰਮੀ ਨੂੰ ਪਤਾ। ਇੱਕ ਬੰਦਾ ਉਹਨੂੰ ਪੁੱਛਦਾ ਤੇਰਾ ਖੂਨ ਦਾ ਗਰੁੱਪ ਕੀ ਹੈ, ਅੱਗੋਂ ਨੂੰ ਹੱਸ ਕੇ ਕੀ ਆਂਦਾ? ਮੁਸਲਿਮ ਲੀਗ। ਚਲੋ ਚਲੋ ਐਕਸੀਡੈਂਟ ਨਹੀਂ ਹੋਇਆ, ਚਲੋ। ਨਾਨ ਪਕੌੜੇ, ਨਾਨ ਪਕੌੜੇ, ਨਾਨ ਪਕੌੜੇ, ਇਹ ਗਰਮਾ ਗਰਮ ਨਾਨ ਪਕੌੜੇ ਭਾਈ।